ਕਿਸੀ ਹੁਣ ਲੋਕਾਂ ਦੇ ਘਰਾਂ ਦਾ ਜਿਹੜਾ ਸਮਾਨ ਦੇਣਾ ਬਹੁਤ ਵੱਡਾ ਨੁਕਸਾਨ ਜਿਹੜਾ ਲੋਕਾਂ ਨੂੰ ਚੱਲਣਾ ਪੈ ਰਿਹਾ ਲੋਕ ਆਪਣੇ ਘਰ-ਬਾਰ ਪਰੇ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਿਹੜਾ ਜਾਣ ਦੇ ਲਈ ਯਤਨਸ਼ੀਲ ਨੇ ਤੋ ਇਹ ਤਸਵੀਰਾਂ ਇੱਕ ਵਾਰ ਫਿਰ ਦੱਸਣੀ ਚਾਹੂੰਗਾ ਕਿ ਹਰੀਕੇ ਹੈੱਡ ਬਖਸ਼ੀਆਂ ਨੇ ਜਿੱਥੇ ਪਾਣੀ ਦਾ ਵਹਾਅ ਦੇਖਦੇ ਹੋਏ ਕੱਤੀਆਂ ਦੇ ਵਿੱਚੋਂ 27 ਫਲੱਡ ਗੇਟ ਜਿਹੜੇ ਆ ਉਹ ਛੱਡ ਦਿੱਤੇ ਨੇ ਔਰ ਹੁਣ ਵੀ ਪਾਣੀ ਦੀ ਸਪੀਡ ਦਾ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੋ ਕੁਝ ਲੋਕ ਇਸ ਇੱਥੇ ਪਹੁੰਚੇ ਹੋਏ ਨੇ ਜੋ ਇੱਥੋਂ ਦੇ ਵੱਖ-ਵੱਖ ਪਿੰਡਾਂ ਦੇ ਜ਼ਿਲ੍ਹਾ ਫਿਰੋਜ਼ਪੁਰ ਜਾਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾਂ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਜ਼ਰੂਰ ਉਹਨਾਂ ਨੂੰ ਜਾਣਨਾ ਚਾਹਾਂਗੇ ਕਿ ਕਿੱਡੀ ਕੁ ਵੱਡੀ ਮੁਸ਼ਕਲ ਹੈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਬਿਨਾਂ ਬਰਸਾਤ ਤੋਂ ਆਏ ਇਹਨਾਂ ਹੜ੍ਹਾਂ ਦੇ ਨਾਲ ਸਸੀ ਭਾਜੀ ਬਿਨਾਂ ਬਰਸਾਤ ਤੋਂ ਹੜ੍ਹ ਆਏ ਆ ਜਿਹੜੇ ਕਿਹੜੇ ਕਿਹੜੇ ਪਿੰਡ ਤੁਹਾਡੇ ਇਲਾਕੇ 'ਚ ਪ੍ਰਭਾਵਿਤ ਹੋਏ ਅਤੇ ਕੀ ਨੁਕਸਾਨ ਹੋਇਆ ਸਾਡੇ ਇੱਥੋਂ ਜਿਹੜਾ ਹਰੀਕੇ ਹੈਡ ਇਹਦੇ ਤੋਂ ਥੱਲੇ 50 ਪਿੰਡ ਪੈਂਦੇ ਪੰਜਾਬ ਦੇ ਤਕਰੀਬਨ ਹੀ ਤੁਸੀਂ ਦੇਖ ਸਕਦੇ ਜੋ ਸਾਰੇ ਹੀ ਜਿਹੜਾ ਤਬਾਹ ਹੋ ਗਏ ਫਸਲ ਤਾਂ ਤਬਾਹ ਹੋ ਗਈ ਆ ਜਿੰਨੀਆਂ ਵਿੱਚ ਰਹਿ ਸਾਰੇ ਮਕਾਨ ਡਿੱਗ ਪਏ ਆ ਕੋਈ ਕਿਸੇ ਦੀ ਤੂੜੀ ਨਹੀਂ ਰਹੀ ਕਿਸੇ ਦਾ ਪੱਠਾ ਨਹੀਂ ਰਿਹਾ ਨਾ ਕੋਈ ਫਸਲ ਹੀ ਰਹੀ ਬਰਬਾਦ ਹੋ ਗਈ ਜ਼ਮੀਨ ਖਰਾਬ ਹੋ ਗਈ ਆ ਜੀ ਇੱਕ ਮਹੀਨਾ ਪਹਿਲਾਂ ਵੀ ਇਹੀ ਹਾਲਾਤ ਬਣੇ ਸੀ ਇਸ ਇੱਕ ਮਹੀਨੇ ਦੌਰਾਨ ਦੇ ਕੋਈ ਸਹਾਇਤਾ ਮਿਲੀ ਸਹਾਇਤਾ ਨਹੀਂ ਕੋਈ ਵੀ ਨਹੀਂ ਮਿਲੀ ਜੀ ਮੈਂ ਫਿਰੋਜ਼ਪੁਰ ਤੋਂ ਚੱਲਿਆ ਸਾਰੇ ਬਣ ਤੋਂ ਚੱਲਿਆ ਲਗਾ ਆ ਸਾਰੇ ਇੱਕ ਦਾ ਪਾਣੀ ਦੀ ਤੋੜ ਦੇ ਵਿੱਚ ਮਾਰਦੇ ਬੈਠੇ ਨੇ ਵਿਚਾਰੇ ਮਾਲ ਡੰਗਰ ਸਾਰਾ ਭੁੱਖਾ ਮਰ ਰਿਹਾ ਜਿੰਨਾ ਵੀ ਜੀਵ ਜੰਤ ਜਿਹੜਾ ਸਾਰਾ ਖਰਾਬ ਹੋ ਰਿਹਾ ਇਹ ਪਾਣੀ ਦੀ ਸੰਭਾਲ ਸਾਨੂੰ ਪਹਿਲਾਂ ਦੀ ਕਰਨੀ ਚਾਹੀਦੀ ਅਸੀਂ ਅੱਜ ਸੰਭਾਲ ਕਿਵੇਂ ਕਰ ਸਕਦੇ ਹਾਂ ਨਿਚੋੜ ਦੀ ਇਹ ਬੰਨਾਂ ਨੂੰ ਪਹਿਲਾਂ ਰਾਜ ਬਣਾਇਆ ਜਾਏ ਸਾਡੀ ਜਿਹੜੀ ਸਹੂਲਤਾਂ ਸਾਨੂੰ ਮਿਲਦੀਆਂ ਜਾਣ ਅਸੀਂ ਉਹ ਸਰਕਾਰ ਤੋਂ ਕੁਝ ਨਹੀਂ ਮੰਗ ਕਰਦੇ ਸਾਡੀ ਆਪਦੀ ਸਹਾਇਤਾ ਆਮ ਇੱਕ ਸੋਸ਼ਲ ਮੀਡੀਆ 'ਤੇ ਦਿਖਾਇਆ ਜਾਂਦਾ ਕਿ ਇੱਥੋਂ ਜਿਹੜਾ ਫਲੱਡ ਗੇਟ ਤਾਂ ਖੋਲ੍ਹੇ ਗਏ ਵੀ ਪਾਕਿਸਤਾਨ ਨੂੰ ਪਾਣੀ ਭੇਜਣਾ ਇਹੀ ਤਾਂ ਵੱਡੀ ਤਰਾਸਰੀ ਆ ਜਿਹਨਾਂ ਲੋਕਾਂ ਨੂੰ ਪਤਾ ਨਹੀਂ ਮੈਂ ਤੁਹਾਡੇ ਚੈਨਲ ਰਾਹੀਂ ਮੀਡੀਆ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿੰਨਾ ਮੀਡੀਆ ਆਉਂਦਾ ਜਾਂ ਸੋਸ਼ਲ ਮੀਡੀਆ ਆਉਂਦਾ ਉਹ ਨਾ ਇੱਥੋਂ ਆਣ ਕੇ ਕਹਿ ਦਿੰਦਾ ਵੀ ਹਰੀਕੇ ਹੈਡ ਤੋਂ ਪਾਣੀ ਪਾਕਿਸਤਾਨ ਨੂੰ ਛੱਡਤਾ ਜੀ ਉਹ ਇਹ ਤਾਂ ਵੇਖੋ 50 ਪਿੰਡ ਤੁਹਾਡੇ ਡੁੱਬ ਗਏ ਪਹਿਲਾਂ 50 ਕਿਲੋਮੀਟਰ ਪਾਕਿਸਤਾਨ ਹੈ ਇਹ ਗੱਲ ਉੱਥੋਂ ਕਹਿ ਸਕਦੇ ਹਾਂ ਹੁਸੈਨੀ ਵਾਲੇ ਬਾਰਡਰ ਤੋਂ ਜਿੱਥੋਂ ਵੀ ਉੱਥੋਂ ਗੇਟ ਚੱਕੇ ਤਾਂ ਪਾਕਿਸਤਾਨ 'ਚ ਪਾਣੀ ਵੜ ਜਾਂਦਾ ਹੈ ਪਰ ਇੱਥੇ ਤਾਂ 50 ਪਿੰਡ ਪੰਜਾਬ ਦੇ ਡੁੱਬ ਗਏ ਜਿਹੜੇ ਆ ਪਹਿਲੀ ਤਾਂ ਗੱਲ ਜਦੋਂ ਹੈਡ ਵੱਜਾ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ ਸੀ ਜਿਨ੍ਹਾਂ ਦਾ ਇਹ ਜ਼ਮੀਨ ਵਿੱਚ ਆ ਗਈ ਮਾਲਕੀ ਹਰੀਕੇ ਹੈਡ ਤਾਂ ਬੰਨਣਾ ਹਰੀਕੇ ਪਾਣੀ ਵਗਦਾ ਸੀ ਅਤੇ ਹੈਡ ਜਿਹੜਾ ਸੁੱਕੇ ਥਾਂ 'ਤੇ ਬੰਨ ਕੇ ਅਤੇ ਵੱਡਾ ਨੁਕਸਾਨ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਕੀਤਾ ਗਿਆ ਜੀ ਅਸੀਂ ਤਾਂ ਕਹਿੰਦੇ ਹਾਂ ਵੀ ਇਹ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਜ਼ਮੀਨਾਂ ਸਾਡੀਆਂ ਕੁਇਰ ਕਰ ਲੈਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਜਿੱਥੇ ਮਰਜ਼ੀ ਪਾਣੀ ਛੱਡ ਲੈਣ ਭਾਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਰਾਜੀ ਸਭਰਾ ਜੀ ਕੀ ਹਾਲਾਤ ਨੇ ਜੀ ਬਹੁਤ ਬਹੁਤ ਮਾੜੇ ਹਾਲ ਦਾ ਕੋਈ ਸ਼ਹਿਰ ਹੀ ਸਾਨੂੰ ਪਹੁੰਚਦੀ ਅਸੀਂ ਤਾਂ ਬੰਨਾਂ 'ਤੇ ਬੈਠੇ ਹੋਏ ਹਾਂ ਬਾ ਘਰ ਵੀ ਡੁੱਬੇ ਹੋਏ ਆ ਕੋਠਿਆਂ 'ਤੇ ਬੈਠੇ ਹੋਏ ਸਾਰਾ ਡੰਗਰ ਮਾਲ ਵੀ ਬੰਦ ਕੱਢਿਆ ਹੋਇਆ ਪਰ ਸਾਨੂੰ ਕੋਈ ਦਾਣਾ ਨਾ ਕੋਈ ਸ਼ਹਿਰ ਹਰ ਕਿਸੇ ਨਾ ਮਿਲਦਾ ਬਹੁਤ ਜਾਣ ਔਖੀ ਸਾਡੀ ਫਲਾਨੀ ਜਗ੍ਹਾ ਤੋਂ ਲੈ ਦਿੰਦੇ ਆ ਮੁੜ ਕੇ ਇੰਨੀ ਗੱਲ ਕਰਕੇ ਗਾਹ ਤੁਰ ਪੈਂਦੇ ਆ ਘੱਟੋ ਘੱਟ ਕਈ ਜੀ ਅੰਦਰ ਫਿਰਦੇ ਬੜੇ ਫਸੇ ਪਏ ਜੀ ਬਹੁਤ ਵਿੱਚ ਜਿਹੜੇ ਰਹਿ ਗਏ ਨੇ ਮੱਝਾਂ ਲੋਕਾਂ ਦੀਆਂ ਰੁੜ ਗਈਆਂ ਨੇ ਜਿਹੜੀਆਂ ਡੰਗਰ ਵੀ ਫਸੇ ਪਏ ਲੋਕਾਂ ਦੀ ਜਾਨ ਜਿਹੜੀ ਕੜਿੱਕੀ ਚ ਆਈ ਹੋਈ ਨਾ ਤੇ ਨਿਕਲ ਜੋ ਕਿ ਇੱਕਦਮ ਪਾਣੀ ਚੜ ਗਿਆ ਜੀ ਸਰਕਾਰ ਕਾਗਜ਼ਾਂ 'ਚ ਬਹੁਤ ਕੁਛ ਕਰ ਦਿੰਦੀ ਪਰ ਰਿਐਲਿਟੀ 'ਚ ਕੁਛ ਨਹੀਂ ਹੋ ਰਿਹਾ ਜੀ ਆਪਣੀ ਮੁਸ਼ਕਲਾਂ ਦੇ ਨਾਲ ਜੂਝ ਰਹੇ ਨੇ ਪਿਛਲੀ ਜੋ ਮਾਰ ਪਈ ਹੈ ਉਸ ਤੋਂ ਤਾਂ ਹਲੇ ਮੁਆਵਜ਼ਾ ਮਿਲਿਆ ਨਹੀਂ ਉਭਰ ਨਹੀਂ ਪਾਏ ਤੇ ਹੁਣ ਇਹ ਜਿਸ ਵਾਰ ਫਿਰ ਤੋਂ ਜੋ ਮਾਰ ਪਈ ਹੈ ਯਕੀਨਨ ਇਸ ਨੂੰ ਲੈ ਕੇ ਸਵਾਲ ਲਗਾਤਾਰ ਹੀ ਉੱਠ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਔਰ ਤਸਵੀਰਾਂ ਦੇ ਲਈ ਸੋ ਫਿਲਹਾਲ ਇੱਥੇ ਲੋਕਾਂ ਦੇ ਇਹ ਰੋਸ ਹੈ ਕਿ ਸਾਰ ਜਿਹੜੀ ਹੈ ਨਹੀਂ ਲਈ ਗਈ ਹੈ ਹਾਲਾਂਕਿ ਕਈ ਥਾਵਾਂ ਤੇ NDRF ਵੱਲੋਂ ਲਗਾਤਾਰ ਮਦਦ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਣ ਦਾ ਵਕਤ ਹੈ ਬਣੇ